ਸਤਿ ਸ਼੍ਰੀ ਅਕਾਲ ਹੋਪ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਮੈਂ ਤੁਹਾਡੀ ਆਪਣੀ ਟਰੱਕਰ ਗਰਲ ਅਤੇ ਸਵੇਰੇ ਆਪਾਂ ਉੱਠ ਗਏ ਸੀ ਅਤੇ ਹੁਣ ਆਪਾਂ ਬਣਾਈ ਆਪਣੀ ਚਾਹ ਅਤੇ ਚਾਹ ਆਪਾਂ ਪੀ ਰਹੇ ਹਾਂ ਤੁਸੀਂ ਦੱਸੋ ਕਿੱਦਾਂ ਚੱਲਦੀ ਹੈ ਤੁਹਾਡੀ ਲਾਈਫ ਅਤੇ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਰਾਤ ਵੈਦਰ ਸੀ ਜਿਹੜਾ ਬਹੁਤ ਖਰਾਬ ਸੀ ਬਹੁਤ ਹੀ ਜ਼ਿਆਦਾ ਅਤੇ ਹੁਣ ਅੱਜ ਆਪਾਂ ਆਪਣੀ ਲੋਡ ਵਾਲੀ ਲੋਕੇਸ਼ਨ 'ਤੇ ਪਹੁੰਚ ਜਾਣਾ ਲਾਸਟ ਟਾਈਮ ਜਿੱਥੇ ਆਪਾਂ ਲੋਡ ਅਨਲੋਡ ਕੀਤਾ ਸੀ ਉੱਥੇ ਪਹੁੰਚ ਜਾਣਾ ਅਤੇ ਅਪੁਆਇੰਟਮੈਂਟ ਆਪਣੀ ਸ਼ਾਮ ਦੀ ਹੈਗੀ ਹੈ 7 ਵਜੇ ਅਤੇ ਆਪਾਂ ਪਹੁੰਚ ਜਾਣਾ ਉੱਥੇ 5 ਕੁ ਵਜੇ 6 ਘੰਟੇ ਦੀ ਆਲਮੋਸਟ ਡਰਾਈਵ ਰਹੇਗੀ 11-12 ਵੱਜ ਗਏ ਮਿਲਦੇ ਹਾਂ ਤੁਹਾਨੂੰ ਉੱਥੇ ਰਾਹ ਦੇ ਵਿੱਚ ਉੱਥੇ ਜਾ ਕੇ ਵੀ ਮਿਲਦੇ ਹਾਂ ਕੀ ਕਰਾਂਗੇ ਕੀ ਐਜ਼ ਆ ਟਰੱਕਰ ਦੇ ਵਿੱਚ ਮੈਂ ਚਾਹ ਪੀ ਲਈ ਇੱਕ ਅੱਧੀ ਨਾਲ ਕੁੱਕੀ ਖਾ ਲਈ ਅਤੇ ਕਈ ਵਾਰ ਮੈਂ ਕੁਛ ਹੋਰ ਵੀ ਖਾ ਲੈਂਦੀ ਹਾਂ ਜਿੱਦਾਂ ਓਟਮੀਲ ਖਾ ਸਕਦੇ ਹੋ ਤੁਸੀਂ ਸੈਂਡਵਿਚ ਖਾ ਸਕਦੇ ਹੋ ਤੁਸੀਂ ਪੈਨਕੇਕਸ ਖਾ ਸਕਦੇ ਹੋ ਜੋ ਵੀ ਤੁਹਾਡਾ ਦਿਲ ਕਰਦਾ ਜੋ ਵੀ ਤੁਸੀਂ ਬਣਾ ਸਕਦੇ ਹੋ ਤੁਸੀਂ ਉਹ ਖਾ ਸਕਦੇ ਹੋ ਲੌਂਗ ਟ੍ਰਿਪ ਹੋਵੇ ਹੈ ਨਾ ਤਾਂ 2 ਦਿਨਾਂ ਵਾਲਾ ਫੂਡ ਜਿਵੇਂ 1 ਦਿਨ ਦਾ ਫੂਡ ਮੈਂ 2 ਦਿਨਾਂ ਦਾ ਫੂਡ ਘਰੋਂ ਬਣਾ ਲਿਆ ਰਹਿੰਦੀ ਹਾਂ ਬਾਕੀ ਟਾਈਮ ਮੈਂ ਆਪ ਕੁੱਕ ਕਰ ਲੈਂਦੀ ਹਾਂ ਟਰੱਕ ਦੇ ਵਿੱਚ ਕਿਉਂਕਿ ਬਾਹਲਾ ਬੇਹਾ ਜਿਹਾ ਵੀ ਖਾ ਲੈਂਦੇ ਨੇ ਲੋਕ ਬਟ ਵੀ ਆਪਾਂ ਜੇ ਕੁੱਕ ਕਰ ਸਕਦੇ ਹਾਂ ਤਾਂ ਵੈਲ ਐਂਡ ਗੁੱਡ ਰਾਈਟ ਕੈਲੀਫੋਰਨੀਆ ਵੀ ਐਂਟਰ ਹੋਣ ਲੱਗਿਆਂ ਜਦੋਂ ਵੀ ਆਪਾਂ ਕੈਲੀਫੋਰਨੀਆ ਐਂਟਰ ਹੋਣਾ ਆਪਾਂ ਨੂੰ ਐਗਰੀਕਲਚਰ ਸਕੇਲ ਪੈਂਦੀ ਆ ਉਹਦੇ ਵਿੱਚ ਉਹ ਆਪਾਂ ਨੂੰ ਪੁੱਛਦੇ ਆ ਵੀ ਤੁਸੀਂ ਕੀ ਲਿਜਾ ਰਹੇ ਹੋਗੇ ਕਿੱਥੇ ਲਿਜਾ ਰਹੇ ਹੋ ਅਤੇ ਇਹ ਜਿੱਥੋਂ ਵੀ ਜਿਹੜੇ ਮਰਜ਼ੀ ਏਰੀਏ ਤੋਂ ਆਪਾਂ ਕੈਲੀਫੋਰਨੀਆ ਦੇ ਵਿੱਚ ਐਂਟਰ ਹੋਈਏ ਹਰ ਇੱਕ ਇਨਸਾਨ ਨੂੰ ਇਹ ਸਕੇਲ ਪੈਂਦੀ ਹੀ ਪੈਂਦੀ ਹੈ ਅਤੇ ਆਪਾਂ ਨੂੰ ਇੱਥੇ ਜਾਣਾ ਹੀ ਪੈਂਦਾ ਵਾ ਅਤੇ ਦੱਸਣਾ ਪੈਂਦਾ ਵੀ ਆਪਣੇ ਕੋਲ ਕੀ ਹੈਗਾ ਅਤੇ ਕਿੱਥੇ ਜਾ ਰਹੇ ਹਾਂ ਸੋ ਮੀਨਸ ਜਦੋਂ ਆਹ ਫਲੈਸ਼ ਕਰਦੇ ਹੋਣ ਵੈਸੇ ਇਹ ਆਲਵੇਜ਼ ਖੁੱਲ੍ਹੀ ਹੁੰਦੀ ਹੈ ਜਦੋਂ ਇਹ ਫਲੈਸ਼ ਕਰਦੇ ਆਪਾਂ ਨੂੰ ਇੰਡੀਕੇਟ ਕਰਦੇ ਵੀ ਜਿਹੜੀ ਸਕੇਲ ਆ ਖੁੱਲ੍ਹੀ ਹੈਗੀ ਅਤੇ ਪਹਿਲਾਂ ਚੈੱਕ ਪੁਆਇੰਟ ਆਊਗਾ ਵੀ ਕੀ ਇੱਥੇ ਜਾ ਰਹੇ ਹੋ ਕੀ ਹੈਗਾ ਤੁਹਾਡੇ ਕੋਲ ਉਸ ਤੋਂ ਬਾਅਦ ਆਊਗੀ ਸਕੇਲ ਆ ਸਕੇਲ ਤੋਂ ਬਾਅਦ ਫਿਰ ਆਪਾਂ ਗੁੱਡ ਟੂ ਗੋ ਹਾਂ ਜੇ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਲੈ ਕੇ ਜਾਣਾ ਚਾਹੇ ਤੁਸੀਂ ਸਹੀ ਹੋ ਚਾਹੇ ਗਲਤ ਜੇ ਨਹੀਂ ਲੈ ਕੇ ਜਾਂਦੇ ਫਾਈਨ ਪਾਉਂਦੇ ਆ ਉਹ
ਮੈਂ ਨਾ ਜਦੋਂ ਨਵੀਂ ਨਵੀਂ ਟਰੱਕ ਚਲਾਉਣ ਲੱਗੀ ਸੀ ਮੈਂ ਤੁਹਾਨੂੰ ਆਪ ਦੀ ਫਨੀ ਗੱਲ ਦੱਸ ਰਹੀ ਹਾਂ ਕਈ ਵਾਰ ਸਕੇਲ ਜਿਵੇਂ ਵਿਚਾਲੇ ਹੁੰਦੀ ਹੈ ਜੀ ਉੱਧਰ ਦੂਸਰੇ ਹੱਥ ਵਾਲਿਆਂ ਨੂੰ ਵੀ ਉਹੀ ਸਕੇਲ ਹੁੰਦੀ ਆ ਅਤੇ ਆਪਾਂ ਨੂੰ ਵੀ ਉਹੀ ਸਕੇਲ ਹੁੰਦੀ ਆ ਪਰ ਮੈਨੂੰ ਲੱਗਿਆ ਵੀ ਉਹ ਸਕੇਲ ਸਿਰਫ ਇੱਕ ਹੱਥ ਵਾਲਿਆਂ ਲਈ ਹੋਈ ਆ ਕਿ ਮੇਰੀ ਸਾਈਡ ਵਾਲਿਆਂ ਨੂੰ ਹੈਗੀ ਅਤੇ ਮੈਂ ਜਿਹੜੀ ਸਕੇਲ ਆ ਉਹ ਸਕਿੱਪ ਕਰਤੀ ਉੱਦਾਂ ਹੀ ਮੀਨਸ ਮੈਂ ਲੰਘਾ ਕੇ ਲੈ ਗਈ ਅਤੇ ਉਹਨਾਂ ਨੇ ਪੁਲਿਸ ਵਾਲਿਆਂ ਨੇ ਪਿੱਛੇ ਗੱਡੀ ਲਾ ਲਈ ਅਤੇ ਉਦੋਂ ਮੈਂ ਆਈ ਥਿੰਕ ਮੇਰਾ ਦੂਜਾ ਕੁ ਗੇੜਾ ਸੀਗਾ ਅਤੇ ਬਟ ਫਿਰ ਉਹਨਾਂ ਨੇ ਮੈਂ ਦੱਸਿਆ ਕਿ ਉਹ ਸਮਝ ਆਉਂਦੇ ਨੇਗੇ ਕਿਉਂਕਿ ਮੇਰਾ ਵੇਟ ਵਗੈਰਾ ਸਾਰਾ ਸਹੀ ਸੀਗਾ ਵੀ ਮੈਂ ਕਿਹੜਾ ਜਾਣ ਕੇ ਕੀਤਾ ਮੈਨੂੰ ਪਤਾ ਨਹੀਂ ਲੱਗਿਆ ਸੋ ਮੈਨੂੰ ਉਹਨਾਂ ਨੇ ਇੰਨਾ ਫਾਈਨ ਕੁਛ ਫਾਈਨ ਵਗੈਰਾ ਨਹੀਂ ਕੀਤਾ ਨਾ ਮੇਰੇ ਪੁਆਇੰਟਸ ਕੱਟੇ ਨੇ ਸੋ ਉਹ ਗੁੱਡ ਸੀ ਬਟ ਤੁਸੀਂ ਧਿਆਨ ਰੱਖਣਾ ਹੈ ਨਾ ਮੇਰਾ ਚੀਰਾ ਆਪਣਾ ਧਿਆਨ ਆਪਣਾ ਟਰੱਕ ਕਈ ਵਾਰ ਰੋਡ 'ਤੇ ਖਰਾਬ ਹੋ ਜਾਵੇ ਨਾ ਫਿਰ ਆਪਾਂ ਇੱਕ ਸਿਗਨਲ ਚਲਾ ਦਿੰਦੇ ਹਾਂ ਵੀ ਇਹ ਐਮਰਜੈਂਸੀ ਖੜ੍ਹਾ ਹੋਇਆ ਗਾ ਅਤੇ ਵੀ ਅਗਲੇ ਆਉਣ ਵਾਲੇ ਬੰਦੇ ਨੂੰ ਪਤਾ ਲੱਗ ਜਾਂਦਾ ਗਾ ਵੀ ਪੂਰੇ ਟਰੱਕ ਆ ਜਿਹੜਾ ਪ੍ਰੋਬਲਮ 'ਚ ਖੜ੍ਹਾ ਗਾ ਕਈ ਵਾਰ ਸਪੀਡ 'ਤੇ ਆਉਂਦਾ ਬੰਦਾ ਹੌਲੀ ਕਰ ਦਿੰਦਾ ਲਾਈਨ ਚੇਂਜ ਕਰ ਦਿੰਦਾ ਗਾ ਸੋ ਗਾਈਜ਼ ਆਪਾਂ ਜਿਹੜਾ ਆਪਣਾ ਟਰੱਕ ਆ ਉਹ ਅਨਲੋਡ ਕਰ ਲਿਆ ਸੀਗਾ ਅਤੇ ਇਹ ਪੋਰਟ ਆ ਜਿੱਥੇ ਆਪਾਂ ਆਪਣਾ ਟਰੱਕ ਆ ਜਿਹੜਾ ਲੋਡ ਕਰਵਾਉਣ ਆਏ ਹਾਂ ਇੱਥੇ ਜਿਵੇਂ ਕਿ ਬਹੁਤ ਵੱਡੇ ਸ਼ਿਪ ਆਉਂਦੇ ਹੈਗੇ ਬਹੁਤ ਲਾਈਕ ਬਹੁਤ ਥਾਵਾਂ ਤੋਂ ਜਿਹੜੇ ਮੰਨ ਲਓ ਪ੍ਰੋਡਿਊਸ ਲੈ ਕੇ ਆਉਂਦੇ ਆ ਜਿੱਥੋਂ ਆਪਾਂ ਬਹੁਤ ਟਰੱਕ ਆਉਂਦੇ ਆ ਇੱਥੋਂ ਸਮਾਨ ਲੈਣ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਇਹ ਲਾਈਕ ਇੱਥੇ ਕਾਫੀ ਹਾਈ ਸਿਕਿਉਰਿਟੀ ਰੱਖਦੇ ਆ ਇਹ ਅਤੇ ਬਟ ਆਪਾਂ ਵੀਡੀਓ ਬਣਾ ਲਈ ਸੀਗੀ ਅਤੇ ਜਿੱਦਾਂ ਤੁਸੀਂ ਦੇਖ ਸਕਦੇ ਇੱਥੇ ਬਹੁਤ ਹੀ ਵਰਕਰ ਕੰਮ ਕਰਦੇ ਆ ਦੇਖ ਸਕਦੇ ਹੋ ਕਿੱਡੇ ਕਿੱਡੇ ਸ਼ਿਪ ਨੇਗੇ ਅਤੇ ਕਿੰਨਾ ਵੀ ਇੱਥੋਂ ਹੀ ਮੈਨੂੰ ਲੱਗਦਾ ਲੋਕ ਆ ਜਿਹੜੇ ਸੋ ਗਾਈਜ਼ ਜਿੱਦਾਂ ਤੁਸੀਂ ਦੇਖ ਸਕਦੇ ਹੋ ਇੱਥੇ ਅੱਗੇ ਮੇਰੇ ਕਾਫੀ ਟਰੱਕ ਨੇ ਸੋ ਆਪਾਂ ਇੱਥੋਂ ਅੱਧਾ ਆਪਣਾ ਲੋਡ ਆਪਣਾ ਉਹਨਾਂ ਨੇ ਇੱਥੋਂ ਲੋਡ ਕਰਤਾ ਅਤੇ ਅੱਧਾ ਆਪਾਂ ਹੋਰ ਦੂਸਰੀ ਲੋਕੇਸ਼ਨ ਤੋਂ ਕਰਨਾ ਜਿੱਦਾਂ ਤੁਸੀਂ ਦੇਖ ਸਕਦੇ ਹੋ ਮੇਰੇ ਅੱਗੇ ਇੱਕ ਬਲੈਕ ਕਾਰ ਆ ਉਹ ਆਪਾਂ ਨੂੰ ਫੋਲੋ ਕਰਵਾਉਂਦੇ ਆ ਉਹ ਆਪਾਂ ਨੂੰ ਫੋਲੋ ਕਰਨੀ ਪੈਂਦੀ ਹੈ ਅਤੇ ਜਿਹੜਾ ਦੂਸਰਾ ਲੋਡ ਆ ਉਹ ਆਪਾਂ ਇੱਥੋਂ ਲੋਡ ਕਰਾਂਗੇ ਸੋ ਆਪਾਂ ਜਿਹੜੀਆਂ ਟਾਈਆਂ ਨੇ ਲਾਤੀਆਂ ਲੋਡ ਆਪਣਾ ਹੋ ਗਿਆ ਸਿਕਿਓਰ ਅਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਅਤੇ ਹੁਣ ਆਪਾਂ ਜਿਵੇਂ ਆਪਣਾ ਜਿਹੜਾ ਬਨਾਨਸ ਦਾ ਇਹ ਹੁੰਦਾ ਨਾ ਲੋਡ ਇਹਦੇ ਵਿੱਚ ਆਪਾਂ ਨੂੰ ਉਹ ਟੈਂਪਰੇਚਰ ਮਸ਼ੀਨ ਹੁੰਦੀ ਆ ਉਹ ਆਪਾਂ ਵਿੱਚ ਰੱਖਣੀ ਹੁੰਦੀ ਆ ਵੀ ਉਹਦੇ ਨਾਲ ਮੋਨੀਟਰ ਹੁੰਦਾ ਰਹਿੰਦਾ ਇਹਦਾ ਟੈਂਪਰੇਚਰ ਅਤੇ ਜਿੱਦਾਂ ਇਹ ਜਿਹੜਾ ਆਪਣਾ ਟ੍ਰੇਲਰ ਆ ਨਾ ਇਹ ਉਵੇਂ ਹੀ ਜਿੰਨਾ ਇਹਦਾ ਟੈਂਪਰੇਚਰ ਆਪਾਂ ਸੈੱਟ ਕਰਦੇ ਹਾਂ ਚਾਹੇ ਕੋਲਡ 'ਚ ਚਾਹੇ ਪਲੱਸ 'ਚ ਉੱਦਾਂ ਹੀ ਰਹਿੰਦਾ ਵੀ ਚੀਜ਼ ਆ ਜਿਹੜੀ ਪੂਰੀ ਸੇਫ ਰਹੇ ਖਰਾਬ ਨਾ ਹੋਵੇ ਜਿੰਨੀ ਜਿਹੜੇ ਵੀ ਫਲ ਫਲੂਟ ਨੂੰ ਜਿਹੜੀ ਵੀ ਚੀਜ਼ ਨੂੰ ਮੰਨ ਲਓ ਕੋਈ ਵੀ ਚੀਜ਼ ਆ ਜਿੰਨੀ ਉਹਨੂੰ ਟੈਂਪਰੇਚਰ ਦੀ ਲੋੜ ਆ ਉਨਾ ਆਪਾਂ ਟੈਂਪਰੇਚਰ ਆਪਾਂ ਇਹਦਾ ਸੈੱਟ ਕਰਦੇ ਹਾਂ ਜਿੱਦਾਂ ਤੁਸੀਂ ਦੇਖ ਸਕਦੇ ਹੋ ਵੀ ਇੱਥੇ ਕਾਫੀ ਲੋਕ ਆ ਜਿਵੇਂ ਹੈ ਨਾ ਆਪਦਾ ਟਰੱਕ ਆ ਜਿਹੜਾ ਵੀ ਲੋਡ ਕਰਵਾਉਣ ਆਉਂਦੇ ਆ ਟਰੱਕ ਵੀ ਆਪਣੇ ਨਾਲ ਹੀ ਲੋਡ ਹੋਇਆ ਗਾ ਅਤੇ ਜਿਹੜਾ ਬਾਈ ਹੈਗਾ ਇਹਨੇ ਵੀ ਆਪਣੇ ਨਾਲ ਹੀ ਉਹ ਸੇਮ ਹੀ ਟਾਈਮ ਇਹਦਾ ਟਰੱਕ ਲੋਡ ਹੋਇਆ ਗਾ ਇਹ ਟਰੱਕ ਵੀ ਕੈਲਗਿਰੀ ਦਾ ਹੈਗਾ ਕਿਉਂਕਿ ਮੈਨੂੰ ਪਤਾ ਲੱਗ ਗਿਆ ਵੀ ਇਹਦੀ ਨੰਬਰ ਪਲੇਟ ਅਲਬਰਟਾ ਦੀ ਹੈ ਅਤੇ ਅੱਗੇ ਵੀ ਕੈਲਗਿਰੀ ਲਿਖਿਆ ਵਾ ਸੋ ਹੁਣ ਆਪਾਂ ਜਿਹੜਾ ਟਰੱਕ ਆ ਲੋਡ ਕਰ ਲਿਆ ਅਤੇ ਸਿਕਿਓਰ ਹੋ ਗਿਆ ਬਸ ਇਸ ਤੋਂ ਬਾਅਦ ਆਪਾਂ ਜਾਵਾਂਗੇ ਸਕੇਲ 'ਤੇ ਅਤੇ ਕਰਾਂਗੇ ਇਹਦਾ ਵੇਟ ਚੈੱਕ ਵੀ ਠੀਕ ਆ ਅਤੇ ਵੇਟ ਸਹੀ ਹੋਣਾ ਚਾਹੀਦਾ ਨਹੀਂ ਇਹ ਵਾਧੂ ਦੀ ਖੱਜਲ ਖਵਾਰੀ ਆ ਫਿਰ ਇੱਥੇ ਆਓ ਅਤੇ ਦੁਬਾਰ ਤੋਂ ਮੰਨ ਲਓ ਇਹਨਾਂ ਤੋਂ ਕਿੱਦਾਂ ਲਿਖਾਓ ਵੀ ਲੋਡ ਕਰੋ ਵੇਟ ਸੋ ਵਾਧੂ ਦੀ ਖੱਜਲ ਖਵਾਰੀ ਆਪਾਂ ਚਾਹੁੰਦੇ ਹਾਂ ਵੀ ਆਪਣਾ ਵੇਟ ਆ ਜਿਹੜਾ ਸਹੀ ਹੋਣਾ ਚਾਹੀਦਾ ਸੋ ਇੱਕ ਟਰੱਕ ਤਾਂ ਉਹ ਬਾਈ ਚੱਲ ਵੀ ਗਿਆ ਉਹਨੇ ਹੁਣ ਆਪਦੇ ਜਿਹੜੇ ਡੋਰ ਕਲੋਜ਼ ਕਰ ਲਏ ਆ ਅਤੇ ਆਪਾਂ ਹੁਣ ਕਰਾਂਗੇ ਅਤੇ ਦੇਖ ਸਕਦੇ ਹੋ ਤੁਸੀਂ ਡੋਰ ਕਲੋਜ਼ ਆਪਾਂ ਵੀ ਕਰਾਂਗੇ ਇੱਥੋਂ ਜਿਹੜਾ ਆਪਾਂ ਟਰੱਕ ਜਿਹੜਾ ਲੋਡ ਕਰਵਾਇਆ ਆਪਣਾ ਅਤੇ ਨਾਲ ਹੀ ਇੱਥੇ ਪੋਰਟ ਆ ਆਹ ਦੇਖ ਸਕਦੇ ਹੋ ਵੀ ਇਹ ਕਾਰ ਕੋਲਰ ਆ ਪੋਰਟ ਆ ਪੋ ਅੱਧੇ ਉਹ ਅੱਧਾ ਲੋਡ ਪੋਰਟ ਤੋਂ ਕਰ ਦਿੰਦੇ ਅੱਧੇ ਲਈ ਉਹ ਇੱਥੇ ਭੇਜ ਦਿੰਦੇ ਆ ਬਸ ਪੋਰਟ ਆਪਣੇ ਨਾਲ ਲੱਗ ਗਈ ਆ ਇਹ ਹੈਗਾ ਸੋ ਗਾਈਜ਼ ਹੁਣ ਆਪਾਂ ਡੋਰ ਜਿਹੜੇ ਆ ਲਾਤੇ ਆ ਸਿਕਿਓਰ ਹੋ ਗਿਆ ਅਤੇ ਹੁਣ ਆਪਾਂ ਜਾਂਦੇ ਹਾਂ ਜਿੱਦਾਂ ਤੁਹਾਨੂੰ ਦੱਸਿਆ ਵੀ ਸਕੇਲ 'ਤੇ ਜਾਣਾ ਗਾ ਸਕੇਲ 'ਤੇ ਜਾ ਕੇ ਵੇਟ ਆਪਾਂ ਜਿਹੜਾ ਇਹਦਾ ਚੈੱਕ ਕਰਵਾਵਾਂਗੇ ਮਿਲਦੇ ਤੁਹਾਨੂੰ ਜਿਵੇਂ ਤੁਸੀਂ ਦੇਖ ਸਕਦੇ ਹੋ ਸਬਜ਼ੀਆਂ ਬੀਜੀਆਂ ਹੋਈਆਂ ਨੇ ਐਨ ਧਨੀਆ ਆਹ ਕੀ ਕਹਿੰਦੇ ਹੁੰਦੇ ਗੋਭੀ ਸਟ੍ਰੋਬਰੀ ਪੁਦੀਨਾ
ਵੀ ਸਾਗ ਸਾਰਾ ਕੁਛ ਬੀਜਿਆ ਹੋਇਆ ਸਾਰਾ ਕੁਛ ਤੇ ਉਦਾਂ ਹੀ ਲੇਬਰ ਕੰਮ ਕਰ ਰਹੀ ਆ ਜਿਵੇਂ ਆਪਣੇ ਮੰਨ ਲਓ ਨਰਮਾ ਚੁਗਦੇ ਆ ਲੋਕ ਇੱਥੇ ਲੋਕ ਸਟ੍ਰਾਬਰੀਆਂ ਚੁਗੀ ਜਾਂਦੇ ਉਵੇਂ ਉਹ ਮੈਂ ਤੁਹਾਨੂੰ ਦਿਖਾਉਂਗੀ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਹਨਾ ਜਮੀ ਉਵੇਂ ਦੇਖੋ ਖਾਲ ਬਣਿਆ ਹੋਇਆ ਜਮੀ ਉੱਦਾਂ ਹੀ ਖਾਲ ਬਣਿਆ ਹੋਇਆ ਗਾ ਪਾਣੀ ਲਾਉਣ ਨੂੰ ਅਤੇ ਪਰ ਇੱਥੇ ਲੱਗਦਾ ਵੀ ਹੈ ਐਨ ਵੀ ਪੰਜਾਬ 'ਚ ਆ ਬਿਲਕੁਲ ਦੇਖੋ ਤੁਸੀਂ ਆਪ ਦੇਖ ਸਕਦੇ ਹੋ ਅਤੇ ਦੂਰ ਤੱਕ ਵੀ ਸਬਜ਼ੀਆਂ ਬੀਜੀਆਂ ਹੋਈਆਂ ਨੇ ਅਤੇ ਇੱਥੇ ਜਿਹੜਾ ਵੈਦਰ ਆ ਜਮੀ ਪੰਜਾਬ ਨਾਲ ਦਾ ਉਵੇਂ ਹਵਾ ਮਿੱਠੀ ਮਿੱਠੀ ਚੱਲਦੀ ਆ ਅਤੇ ਬਹੁਤ ਚੀਜ਼ਾਂ ਬੀਜੀਆਂ ਹੋਈਆਂ ਨੇ ਬਹੁਤ ਜ਼ਿਆਦਾ ਚੀਜ਼ਾਂ ਜਿਵੇਂ ਆਪਣੀ ਗੱਠਿਆਂ ਦੀ ਪਨੀਰੀ ਹੁੰਦੀ ਆ ਉਹ ਵੀ ਬੀਜੀ ਹੋਈ ਆ ਇੱਥੇ ਗੱਠਿਆਂ ਦੀ ਇਹ ਸਾਰੀ ਕੈਨੇਡਾ 'ਚ ਜਾਂਦੀਆਂ ਨੇ ਅਤੇ ਅਮੈਰੀਕਾ ਵਾਲਿਆਂ ਨੇ ਤਾਂ ਖਾਣੀਆਂ ਨੇ ਪਰ ਆਪਾਂ ਇਹ ਸਾਰੀਆਂ ਚੀਜ਼ਾਂ ਇੱਥੋਂ ਲੈਣ ਆਉਂਦੇ ਹਾਂ ਕੈਨੇਡਾ ਦੇ ਵਿੱਚੋਂ ਅਤੇ ਹੁਣ ਤੁਸੀਂ ਮੈਂ ਤੁਹਾਨੂੰ ਹੋਰ ਕੋਈ ਚੀਜ਼ਾਂ ਦਿਖਾਉਂਗੀ ਜਿਵੇਂ ਵੀ ਮੈਨੂੰ ਮਿਲਦੀ ਜਿਵੇਂ ਆਹ ਦੇਖ ਸਕਦੇ ਹੋ ਤੁਸੀਂ ਵੀ ਧਨੀਆ ਬੀਜਿਆ ਹੋਇਆ ਗਾ ਕਾਫੀ ਕੁਆਂਟਿਟੀ 'ਚ ਦੇ ਜਿਵੇਂ ਬਹੁਤ ਵੀ ਬਹੁਤ ਦੂਰ ਤੱਕ ਇਹਨਾਂ ਨੇ ਆਹ ਚੀਜ਼ਾਂ ਬੀਜੀਆਂ ਹੋਈਆਂ ਨੇਗੀਆਂ ਅਤੇ ਇੱਥੇ ਜਿਵੇਂ ਹੁਣ ਆਹ ਅੱਗੇ ਵੀ ਕਾਫੀ ਇਹਨਾਂ ਨੇ ਜਿਵੇਂ ਪਤਾ ਨਹੀਂ ਕੀ ਕੁਛ ਬੀਜਿਆ ਸਭ ਮੈਨੂੰ ਕੁਛ ਅੱਧੀਆਂ ਚੀਜ਼ਾਂ ਦੇ ਨਾਮ ਵੀ ਨਹੀਂ ਪਤਾ ਗਾ ਅਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਆਹ ਇਹਨਾਂ ਨੇ ਇੱਥੇ ਕੋਈ ਦਰਖਤ ਬੀਜੇ ਨੇਗੇ ਪੌਦਿਆਂ 'ਚ ਕੁਛ ਬੀਜਿਆ ਹੋਇਆ ਗਾ ਵੀ ਇਹ ਜਿਵੇਂ ਆਪਣੇ ਪੰਜਾਬ ਦੇ ਵਿੱਚ ਖੇਤੀ ਹੁੰਦੀ ਆ ਨਾ ਇੱਥੇ ਖੇਤੀ ਕਰਦੇ ਆ ਜਿਵੇਂ ਆਪਣੇ ਲੋਕ ਸਬਜ਼ੀਆਂ ਜਿਵੇਂ ਮੰਨ ਲਓ ਮਰੇਲਕੋਟਲੇ ਸਬਜ਼ੀਆਂ ਬੀਜਦੇ ਨੇ ਲੋਕ ਬਹੁਤ ਤਰ੍ਹਾਂ ਦੀਆਂ ਉਵੇਂ ਇੱਥੇ ਇਹ ਸਬਜ਼ੀਆਂ ਬੀਜਦੇ ਆ ਅਤੇ ਇੱਥੇ ਸਾਰੇ ਕੈਨੇਡਾ 'ਚ ਇੱਥੋਂ ਜਾਂਦੀਆਂ ਨੇ ਦੇਖ ਸਕਦੇ ਹੋ ਤੁਸੀਂ ਆਹ ਦੇਖੋ ਆਹ ਟਰੈਕਟਰ ਇੱਥੇ ਇੱਦਾਂ ਦੇ ਵੱਡੇ ਵੱਡੇ ਟਰੈਕਟਰ ਨੇਗੇ ਅਤੇ ਉਹ ਉਵੇਂ ਹੀ ਲੋਕ ਇੱਥੇ ਖੇਤੀ ਕਰਦੇ ਆ ਸੇਮ ਟੂ ਸੇਮ ਪੰਜਾਬ ਆ ਤੁਸੀਂ ਦੇਖ ਸਕਦੇ ਹੋ ਬਸ ਉੱਦਾਂ ਹੀ ਇੱਥੇ ਸੜਕ ਕਿਉਂਕਿ ਵੈਦਰ ਉਹ ਆ ਨਾ ਸੇਮ ਪੰਜਾਬ ਵਰਗਾ ਵੈਦਰ ਤਾਂ ਹੀ ਉੱਥੇ ਚੀਜ਼ਾਂ ਹੁੰਦੀਆਂ ਨੇ ਜਿਵੇਂ ਕੈਨੇਡਾ ਦੇ ਵਿੱਚ ਆ ਜਿਵੇਂ ਆਪਣੇ ਉੱਥੇ ਸਿਰਫ 6 ਮਹੀਨੇ ਚੀਜ਼ਾਂ ਲੱਗਦੀਆਂ ਨੇ ਕਿਉਂਕਿ ਬਾਕੀ ਟਾਈਮ ਤਾਂ ਸਨੋਅ ਪੈਂਦੀ ਰਹਿੰਦੀ ਆ ਇੱਥੇ ਵੀ ਆਹੀ ਵੈਦਰ ਰਹਿਣਾ ਬਸ ਮੀਂਹ ਪੈ ਜਾਂਦੇ ਆ ਸਿਆਲ 'ਚ ਜਿੰਨੀ ਕੁ ਆਪਣੀ ਮੈਨੂੰ ਲੱਗਦਾ ਸਰਦੀਆਂ 'ਚ ਆਪਣੀ ਇੰਡੀਆ ਠੰਡ ਹੁੰਦੀ ਆ ਉਨੀ ਕੀ ਇੱਥੇ ਹੁੰਦੀ ਆ ਉਦੋਂ ਮੈਨੂੰ ਨਹੀਂ ਲੱਗਦਾ ਵੀ ਵੱਧ ਹੁੰਦੀ ਹੋਣੀ ਆ ਦੇਖ ਸਕਦੇ ਹੋ ਇਹ ਹੈਗੀ ਨਾ ਸਟ੍ਰੋਬਰੀ ਬੀਜੀ ਹੋਈ ਹੈਗੀ ਅਤੇ ਕਾਫੀ ਦੂਰ ਦੂਰ ਤੱਕ ਸਟ੍ਰੋਬਰੀ ਬੀਜੀ ਇੱਥੇ ਲੋਕ ਜਿਵੇਂ ਚੁਗਣ ਆਉਂਦੇ ਨੇਗੇ ਜਾਂ ਜਿਵੇਂ ਆਪਣੇ ਰੇਹੜੀਆਂ ਲਾਈ ਲੋਕ ਨਹੀਂ ਖੜ੍ਹੇ ਹੁੰਦੇ ਗੇ ਵੇਚਣ ਨੂੰ ਉਵੇਂ ਇੱਥੇ ਰੇਹੜੀਆਂ ਲਾਈ ਖੜ੍ਹੇ ਨੇਗੇ ਜੇ ਕੋਈ ਆਈ ਨਾ ਰੇਹੜੀ ਮੈਂ ਤੁਹਾਨੂੰ ਦਿਖਾਉਂਗੀ ਵੀ ਇੱਦਾਂ ਇੱਥੇ ਲੋਕ ਵੇਚਦੇ ਨੇ ਰੇਹੜੀਆਂ 'ਤੇ ਜਾਂ ਕਾਰਾਂ 'ਚ ਰੱਖ ਕੇ ਵੀ ਵੇਚੀ ਜਾਂਦੇ ਆ ਆਹ ਜਿਵੇਂ ਤੁਸੀਂ ਦੇਖ ਸਕਦੇ ਹੋ ਗੱਡੀਆਂ ਖੜ੍ਹੀਆਂ ਨੇ ਟਰੈਕਟਰ ਖੜ੍ਹੇ ਨੇ ਦੇਖ ਸਕਦੇ ਹੋ ਤੁਸੀਂ ਟਰੈਕਟਰ ਖੜ੍ਹੇ ਨੇਗੇ ਲੋਕਾਂ ਦੇ ਅਤੇ ਉੱਦਾਂ ਹੀ ਇੱਥੇ ਰੇਹੜੀਆਂ ਵਿੱਚ ਵੇਚੀ ਜਾਂਦੇ ਹੈਗੇ ਜੇ ਕੋਈ ਹੁਣ ਰੇਹੜੀ ਆਈ ਮੈਂ ਜ਼ਰੂਰ ਉਹ ਮੀਨਸ ਪਿਕਚਰ ਦੇ ਵਿੱਚ ਵੀਡੀਓ ਦੇ ਵਿੱਚ ਲਾਊਂਗੀ ਅਤੇ ਤੁਹਾਨੂੰ ਦਿਖਾਊਂਗੀ ਆਏ ਆਗਾ ਵੀ ਲੋਕ ਨਾ ਇੱਥੇ ਜਿਵੇਂ ਰੂਲ ਫੋਲੋ ਕਰਦੇ ਨੇ ਜਿਵੇਂ ਆਪਣੇ ਵੀ ਵੱਡੇ ਸ਼ਹਿਰਾਂ 'ਚ ਤਾਂ ਕਰਦੇ ਨੇ ਪਰ ਜਿਵੇਂ ਉੱਦਾਂ ਆਪਣੇ ਪਿੰਡਾਂ 'ਚ ਇੰਨੀ ਚਲੋ ਉੱਥੇ ਟ੍ਰੈਫਿਕ ਵੀ ਨਹੀਂ ਹੁੰਦੀ ਗੀ ਅਤੇ ਆਪਣੇ ਉੱਥੇ ਇੰਨੇ ਰੂਲ ਵੀ ਨਹੀਂ ਹੁੰਦੇ ਗੇ ਪਰ ਇੱਥੇ ਇੱਦਾਂ ਰੂਲ ਫੋਲੋ ਕਰਦੇ ਨੇਗੇ ਬਸ ਇਹੀ ਚੀਜ਼ ਆ ਬਾਕੀ ਤਾਂ ਸਾਰਾ ਕੁਛ ਜਿਵੇਂ ਤੁਸੀਂ ਦੇਖ ਸਕਦੇ ਹੋ ਉੱਦਾਂ ਹੀ ਆ ਪੰਜਾਬ ਆ ਸੜਕਾਂ ਦੇ ਆਪਣੇ ਆਸੇ ਪਾਸੇ ਘਾਹ ਫੂਸ ਹੁੰਦਾ ਗਾ ਉਵੇਂ ਇੱਥੇ ਘਾਹ ਫੂਸ ਆ ਜਿਵੇਂ ਤੁਸੀਂ ਦੇਖ ਹੀ ਸਕਦੇ ਹੋਗੇ ਹਨਾ ਤੇ ਉਵੇਂ ਘਾਹ ਫੂਸ ਆ ਉਵੇਂ ਦਰਖਤ ਨੇਗੇ ਸੋ ਗਾਈਜ਼ ਹੁਣ ਜਿੱਦਾਂ ਇਹ ਨਾ ਜਿਹੜੀ ਸਕੇਲ ਹੈ ਗੈਸ ਸਟੇਸ਼ਨ 'ਤੇ ਹੈਗੀ ਇਹ ਜਿਹੜੀ ਸਕੇਲ ਹੁੰਦੀ ਹੈ ਵੀ ਆਪਾਂ ਨੂੰ ਇਹਦੇ ਲਈ ਪੇ ਕਰਨਾ ਪੈਂਦਾ ਗਾ ਅਤੇ 10-15 ਅਮੈਰੀਕਨ ਡਾਲਰ ਹੁੰਦੇ ਆ ਅਤੇ ਕਈ ਥਾਵਾਂ 'ਤੇ ਫ੍ਰੀ ਵੀ ਹੁੰਦੀ ਹੈਗੀ ਜਿਹੜੀ ਪਬਲਿਕ ਸਕੇਲ ਹੁੰਦੀ ਹੈ ਕਹਿ ਸਕਦੇ ਹਾਂ ਅਤੇ ਹੁਣ ਆਪਾਂ ਜਿਹੜਾ ਇੱਥੇ ਆਪਣਾ ਵੇਟ ਕਰਾਂਗੇ ਅਤੇ ਦੇਖਦੇ ਹਾਂ ਵੀ ਕਿੰਨਾ ਵੇਟ ਆਉਂਦਾ ਗਾ ਜੇ ਸਹੀ ਹੈ ਤਾਂ ਅੱਗੇ ਔਡਰ ਟੂ ਗੋ ਆ ਜੇ ਨਹੀਂ ਸਹੀ ਹੋਇਆ ਵੇਟ ਤਾਂ ਆਪਾਂ ਨੂੰ ਉੱਥੇ ਵਾਪਸ ਜਾਣਾ ਪੈਣਾ ਅਤੇ ਉਹਨਾਂ ਕੋਲ ਜਾ ਕੇ ਫਿਰ ਕਹਿਣਾ ਪੈਣਾ ਜੀ ਸਾਡੀਆਂ ਸਕੇਟਾਂ ਕੱਢੋ ਅਤੇ ਉਹ ਰਹੀ ਆ ਜੀ ਸਕੇਲ ਦੇਖ ਸਕਦੇ ਹੋ ਉਹ ਰਹੀ ਆ ਸਕੇਲ ਆਪਾਂ ਹੁਣ ਉੱਥੇ ਜਾ ਕੇ ਵੇਟ ਕਰਾਂਗੇ ਆਪਣੇ ਟਰੱਕ ਦਾ ਸੋ ਫਿਰ ਆਪਾਂ ਆਏ ਕੌਫੀ ਲੈਣ ਆਪਣੇ ਲਈ ਕੁਝ ਠੰਡਾ ਪੀਣ ਨੂੰ ਜੀ ਕਰਦਾ ਸੀ ਫਿਰ ਆਪਾਂ ਔਡਰ ਕੀਤੀ ਕੌਫੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਇੱਦਾਂ ਇੱਥੇ ਪੰਜਾਬ ਵਾਂਗੂ ਰੇਹੜੀਆਂ ਲੱਗਦੀਆਂ ਨੇ ਚੀਜ਼ਾਂ ਦੀਆਂ ਅਤੇ ਆਪਾਂ ਹੁਣ ਰੇਹੜੀ 'ਤੇ ਰੁਕੇ ਹਾਂ ਅਤੇ ਕੱਟੇ ਵੇ ਜਿੱਦਾਂ ਆਪਣੇ ਮੋਕਟੇਲਸ ਨਹੀਂ ਹੁੰਦੀਆਂ ਉੱਦਾਂ ਇਹ ਬਣਾ ਕੇ ਦਿੰਦੇ ਨੇ ਇੱਥੇ ਵੀ ਲਾਈਮ ਵਾਲੀ ਲੈ ਲਓ ਮੈਂਗੋ ਵਾਲੀ ਲੈ ਲਓ ਕੁਛ ਵੀ ਲੈ ਸਕਦੇ ਹਾਂ ਸੋ ਜਿਵੇਂ ਆਪਣੇ ਨਾ ਇੰਡੀਆ ਸ਼ਹਿਦ ਹੁੰਦਾ ਗਾ
देखो उदियां बोतलां ले सकते हैं छोटी बड़ी बाय बाय गाइज मिलता थोनू अपने नैक्सट ब्लॉग के मैनू वीडियो नू कमेंट करके चैनल नू सबसक्राइब करके वीडियो नू लाइक जरूर करो तो मैं दस्सो कि